ਬਰਨਾਲਾ ਦੀ ਗਰਚਾ ਸੜਕ ਸਥਿਤ ਵਸੀ ਗੁੱਜਰਾਂ ਦੀ ਬਸਤੀ ਅੱਗ ਲੱਗਣ ਕਾਰਨ ਸੜਕੇ ਰਾਖ ਹੋ ਗਈ। ਪੀੜਤਾਂ ਦੇ ਪੈਸੇ, ਗਹਿਣੇ, ਕਾਫੀ ਕੁਛ 12 ਤੋਂ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਬਰਨਾਲਾ ਦੀ ਗਰਚਾ ਸੜਕ ਸਥਿਤ ਬਣੀ ਗੁੱਜਰਾਂ ਦੀ ਬਸਤੀ ਅੱਗ ਦੀਆਂ ਲਪਟਾਂ ਦੀ ਭੇਟ ਚੜ ਗਈ। ਕਬੀਲੇ ਦੀ ਇੱਕ ਲੜਕੀ ਨੇ ਚਾਹ ਬਣਾਉਣ ਲਈ ਚੁੱਲ੍ਹੇ 'ਚ ਅੱਗ ਮਚਾਈ, ਪਰ ਤੇਜ਼ ਹਵਾ ਨਾਲ ਇਹ ਅੱਗ ਫੈਲ ਗਈ ਅਤੇ ਦੇਖਦਿਆਂ ਹੀ ਪੂਰੀ ਬਸਤੀ ਮੱਚ ਕੇ ਸਵਾਹ ਹੋ ਗਈ। ਪੀੜਿਤ ਲੋਕਾਂ ਦੇ ਬਰਤਨ, ਕੱਪੜੇ, ਪੈਸੇ, ਗਹਿਣੇ ਆਦਿ ਸਭ ਕੁਝ ਸੜ ਗਿਆ। ਗੁੱਜਰਾਂ ਦੀਆਂ ਮੱਝਾਂ ਲਈ ਬਣੇ ਵਾੜੇ ਵੀ ਰਾਖ ਹੋ ਗਏ। ਨੇੜੇ ਤੋਂ ਮਦਦ ਕਰਕੇ ਲੋਕਾਂ ਨੇ ਮੱਝਾਂ ਨੂੰ ਬਚਾਇਆ। ਅਕਬਰ ਅਲੀ ਨੇ ਦੱਸਿਆ ਕਿ ਪਰਿਵਾਰ ਦੇ 12 ਤੋਂ 15 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਅਸੀਂ ਸਰਕਾਰ ਵੱਲੋਂ ਮੰਗ ਕਰਦੇ, ਕੁੜੀ ਚਾਹ ਬਣਾਉਂਦੀ ਸੀ, ਅੱਗ ਲੱਗ ਗਈ ਸਾਨੂੰ। ਸਾਡੇ ਪੱਲੇ ਕੁਛ ਨਹੀਂ ਰਿਹਾ ਵੀ, ਹੁਣ ਬਸ ਸਾਡਾ ਬਾਹਲਾ ਨੁਕਸਾਨ ਹੋ ਗਿਆ। ਅਸੀਂ, ਸਾਡੇ ਕੋਲ ਮੰਜਾ ਵੀ ਨਹੀਂ ਰਿਹਾ ਸੀ, ਰਾਤ ਜਵਾਕਾਂ ਨੂੰ ਕਿੱਥੇ ਪਾਵਾਂਗੇ। ਕੱਪੜੇ, ਭਾਂਡੇ, ਬਰਤਨ ਸਭ ਸਾਡਾ ਖਤਮ ਹੋ ਗਿਆ। ਕੁਛ ਨਹੀਂ ਹੁਣ ਸਾਡੇ ਕੋਲ। ਗਹਿਣੇ ਵੀ ਸੀਗੇ, ਪੈਸੇ ਵੀ ਸੀਗੇ, ਸਾਰੇ ਮੱਚ ਗਏ। ਅੱਗ ਤਾਂ ਜੀ ਕੁੜੀ ਚਾਹ ਬਣਾਉਂਦੀ ਸੀਗੀ, ਚਾਹ ਬਣਾਉਂਦੀ ਬਣਾਉਂਦੀ ਅਚਾਨਕ ਲੱਗ ਗਈ ਅੱਗ। ਚਾਰ ਪਰਿਵਾਰ ਰਹਿੰਦੇ ਸੀ ਉਰੇ ਜੀ, ਅਤੇ ਨੁਕਸਾਨ ਤਾਂ ਘੱਟ ਤੋਂ ਘੱਟ 10-12 ਲੱਖ ਦਾ ਹੋ ਗਿਆ, ਜਿਹਦੇ ਵਿੱਚ ਟੂਮਾਂ ਵੀ ਸੀਗੀਆਂ, ਨਗਦ ਕੈਸ਼ ਵੀ ਸੀਗੇ ਥੋੜ੍ਹੇ ਬਹੁਤ, ਅਤੇ ਬਾਕੀ ਸਮਾਨ ਸਮੂਨ ਸਾਰਾ ਖਤਮ ਹੋ ਗਿਆ ਜੀ। ਕੋਈ ਸਮਾਨ ਨਹੀਂ ਬਚਿਆ ਜੀ, ਬੱਚਿਆਂ ਦਾ, ਡੰਗਰਾਂ ਦਾ ਬਚਾ ਰਹਿ ਗਿਆ, ਬਾਕੀ ਕੁਛ ਨਹੀਂ ਬਚਿਆ ਹੈਗਾ ਜੀ। ਕੰਮ ਕਾਰ ਸਾਡਾ ਇਹੀ ਆ, ਦਿਹਾੜੀ ਕਰਕੇ ਖਾਣ ਵਾਲੀ ਹੈ ਬਸ। ਮੱਝਾਂ ਰੱਖੀਆਂ, ਦੋ ਦੁੱਧ ਦੱਧ ਵੇਚ ਦਿੰਦੇ ਬਸ। ਮੰਗ ਇਹੀ ਆ ਜੀ ਸਾਡੀ, ਬਸ ਗਰੀਬ ਬੰਦੇ ਅਸੀਂ, ਮਦਦ ਕਰੇ ਵੱਧ ਤੋਂ ਵੱਧ ਹੋ ਸਕਦੀ ਹੈ ਜਿੰਨੀ। ਬਾਕੀ ਵੋਟਾਂ ਵੇਲੇ ਤਾਂ ਹਰੇਕ ਬੰਦਾ ਤੁਰਿਆ ਰਹਿੰਦਾ ਜੀ, ਆਇਓ ਆਇਓ, ਇੱਧਰ ਨੂੰ ਆਓ, ਉੱਧਰ ਨੂੰ ਆਓ, ਹੁਣ ਪਤਾ ਲੱਗੂ ਜੀ ਕਿਹੜਾ ਆਊ ਕਿਹੜਾ ਨਾ ਆਊ ਗਰੀਬ ਦੀ ਮਦਦ ਕਰਨ। ਘਟਨਾ ਬਾਰੇ ਤਾਂ ਨਹੀਂ ਕਹਿ ਸਕਦੇ, ਸਾਡੇ ਮੈਨੂੰ ਅੱਗ ਕਾਫੀ ਸੀਗੀ, ਅਤੇ ਨੁਕਸਾਨ ਵੈਸੇ ਬਹੁਤ ਹੋ ਗਿਆ ਉਹਨਾਂ ਦਾ, ਜੋ ਵੀ ਸੀਗਾ ਕੱਪੜਾ ਲੀੜਾ ਉਹ ਕੁਛ ਬਚਿਆ, ਕੁਛ ਨਹੀਂ ਹੈ, ਤੂੜੀ ਤੰਦ ਵੈਸੇ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਹੈ, ਉਹ ਬੱਚਤ ਰਹਿ ਗਈ, ਅਤੇ ਉਹ ਵੈਸੇ ਬਹੁਤ ਨੁਕਸਾਨ ਹੈ। ਸਾਡੇ ਕੋਲੋਂ ਕੰਟਰੋਲ ਰੂਮ ਦਾ ਨੰਬਰ ਗਿਆ ਸਾਡੇ ਕੋਲ PCR ਵਾਲਿਆਂ ਦਾ, ਮੈਂ ਐਂ ਕਰਕੇ ਉੱਥੇ ਨਾ ਝੁੱਗਿਆਂ ਦੇ ਗੁੱਜਰਾਂ ਦੇ ਅੱਗ ਲੱਗ ਗਈ, ਅਤੇ ਗੱਡੀ ਜਦੇ ਆਉਣੀ ਸੀ ਆਪਣੀ, ਮੈਂ ਆ ਕੇ ਮੌਕੇ 'ਤੇ ਕੀਤਾ ਕਾਬੂ, ਕੁਛ ਉਹਨਾਂ ਨੇ ਲੋਕਾਂ ਨੇ ਆਪ ਹੀ ਮਦਦ ਕੀਤੀ, ਅਤੇ ਜਾਣੀ ਪਹਿਲਾਂ ਕੁਛ ਨਾ ਕੁਛ ਕੰਟਰੋਲ ਕਰ ਲਈ ਸੀਗੀ, ਥੋੜ੍ਹੀ ਬਹੁਤ ਸੀ, ਆਪਾਂ ਨੇ ਆ ਕੇ ਵਧੀਆ ਉਹ ਚੱਲ ਰਹੀ ਸੀ ਅੱਗ ਕਾਫੀ। ਬਰਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ।